ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਹੈ ਕਿ ਆਪਣੇ ਯੂਟਿਊਬ ਚੈਨਲ ਜੇ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8420701917। ਅੱਜ ਦੀ ਵੀਡੀਓ ਵਿੱਚ ਤਿੰਨ ਗੱਬਣ ਵਿਹੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ, ਤੋਂ ਇਹਨਾਂ ਬਾਰੇ ਪੁੱਛਦੇ ਹਾਂ। ਆਓ ਕੇ ਕਰੀਏ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਮੋਬਾਈਲ ਨੰਬਰ ਜੀ ਆਪਣਾ 98146 0095। ਪਹਿਲਾ ਨੰਬਰ ਆਪਾਂ ਜਿਹੜੀ ਐਚ ਐਫ ਵੈਟ ਦੇਖੀ ਜਾਂਦੇ ਸੂਆ ਕਿਹੜਾ ਸੁਣਦੀ ਹੈ? ਪਲੂਣ ਬੱਚੀ ਚਾਰ ਦੰਦ ਕੈ ਦਿਨ ਲੈਂਦੀ ਹੈ? 11-12 ਦਿਨ ਪੈਂਡਿੰਗ ਆ। ਅੰਦਾਜ਼ਾ ਆਪਾਂ ਪਹਿਲੇ ਸੂਏ ਤੋਂ ਦੁੱਧ ਕਿੰਨਾ ਲਾ ਸਕਦੇ ਹਾਂ? 40 ਕਿਲੋ ਨੂੰ ਟੱਚ ਕਰੂਗੀ ਪਹਿਲੇ ਬੱਚੀ। ਠੀਕ ਹੈ, 40 ਕਿਲੋ 53 ਕਿਲੋ ਦੋ ਸੀ ਥੱਲੇ ਮਾਸਲ ਰਿਕਾਰਡ। ਇਹ ਤਾਂ ਕਹਿੰਦਾ ਭਾਵ ਵੀ 40 ਮੰਨ ਕੇ ਬੰਦਾ ਲੈ ਸਕਦਾ, 2 ਕਿਲੋ ਇੱਧਰ ਕੀ 2 ਕਿਲੋ ਉੱਧਰ। ਤੇ ਇਹਦੇ ਆਪਾਂ ਗੱਲ ਕਰੀਏ ਸੀਮਨ ਵਗੈਰਾ ਕਨਫਰਮ ਹੈ? 116 ਦੀ ਆਪ ਹੈ ਇਹ। ਅਲੈਗਜ਼ੈਂਡਰ 66 ਤੋਂ ਕੱਪੜਾ। ਕਿਹੜਾ ਕੱਪੜਾ? ਅਲੈਗਜ਼ੈਂਡਰ। ਅਲੈਗਜ਼ੈਂਡਰ 66 ਸੀਮਨ ਤੋਂ ਕੱਪੜਾ। ਦੈਨ ਹਫ਼ਤਾ ਕੱਢ ਜੂਗੀ? 11-12 ਦਿਨ ਬਾਕੀ ਹੈ ਤਕਰੀਬ ਦੇ ਹਿਸਾਬ ਨਾਲ, ਜਿਆਦਾ 1-2 ਦਿਨ ਘੱਟ ਵੱਧ ਲੈ ਸਕਦੇ। ਇਹ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਕੀ ਰਹੂਗਾ? ਰੇਟ ਤਿੰਨਾ ਬੜਾ ਦੇ ਫੋਨ ਤੇ ਕਰੂਗੀ ਧੋਰੀ ਵਾਰ ਨੂੰ। ਸਭਰ ਫੇਸ ਬਿਊਟੀ ਵਗੈਰਾ ਬੈਠਦੀ ਦੇਖ ਸਕਦੇ ਹੋ ਤੇ ਮੂੰਹ ਚਾਰ ਦੰਦ ਪਹਿਲਾ ਸੂਆ ਸੁਣਦੀ ਪਈ ਆ। ਰਾਜੀ ਸਮੀ ਵੀ ਪੂਰੀ ਫੁੱਲ ਆ, ਕਿਸੇ ਪਾਸਿਓ ਹੱਥ ਧਰਾਣੀ ਜਿੰਦ ਜਾਣ ਦੇ ਵਿੱਚ ਆ, ਪੂਰੀ ਬਿਊਟੀ ਦੇ ਵਿੱਚ ਆ। ਸੋ ਦੇਖੋ ਚਾਰ ਚਾਨੀਆਂ ਜਮਾਂ ਤੇ ਥਣਾਂ ਦੀ ਗੱਲ ਕਰੀਏ ਵਿੱਚੀ ਬਹੁਤ ਜ਼ਿਆਦਾ ਪੇਟਾ ਪੁੱਟਾ ਬਹੁਤ ਆ ਬੱਚੀ ਦਾ। ਠੀਕ ਹੈ, ਤੇ ਬਾਕੀ ਸੁਭਾਅ ਵੀ ਪੂਰਾ ਠੰਡਾ ਜਮਾਂ ਹਨਾ। ਠੀਕ ਹੈ, ਜਾਏਗਾ ਲੈ ਚਲੋ ਬੰਦ ਅੰਦਰ ਨੂੰ। ਸੋ ਫਾਰਮ ਜੇ ਪਰਚੇਸ ਕੀਤੇ ਲੱਗਦੇ ਹਰੇ? ਠੀਕ ਹੈ, ਠੀਕ ਹੈ, ਸਾਰੀਆਂ ਫਾਰਮ ਜੇ ਪਰਚੇਸ ਕਰੀਏ ਉਹ ਵੀ ਆਪਾਂ ਦੇ ਸਕਦੇ ਹਨਾ। ਸੋ ਸਾਈਨਿੰਗ ਵਗੈਰਾ ਦੇਖੋ ਪਿੰਡੇ ਦੇ ਉੱਪਰ। ਠੀਕ ਹੈ, ਨੀਅਰ ਅਬਾਊਟ 40 ਦੇ ਰਾਉਣਾ ਦੁੱਧ ਪਾਣਾ 93 ਲੈ ਚਲੋ ਬੰਨ ਦੋ। ਰੇਟ ਇਹਦਾ ਫੋਨ ਤੇ ਹੋਊਗਾ ਜੈਨੂਅਨ। ਤੇ ਬਾਕੀ ਖੜਨੀ ਵਗੈਰਾ ਦੇਖੋ, ਬਲੱਡ ਦੇ ਵਿੱਚ ਆ ਇੱਦਾਂ ਦੀ ਬੈਠ ਜਿਹਦੇ ਘਰੇ ਜਾਵੜੀ ਫਾਰਮ ਤਿਆਰ ਕਰ ਦਿੰਦੇ ਆ, ਗਾਹਾਂ ਜਾ ਕੇ ਬੱਚਿਆਂ ਵਗੈਰਾ ਦੇ ਦੇ ਕੇ ਗਾਹਾਂ 2 ਸਾਲਾਂ ਜਨਰੇਸ਼ਨ ਤਿਆਰ ਕਰ ਦਿੰਦੇ ਮਗਰ। ਤੇ ਰੇਟ ਫਿਰ ਆਪਣੇ ਚੀਜ਼ਾਂ ਦੇ ਹਿਸਾਬ ਨਾਲ ਹੋਣਗੇ। ਠੀਕ ਹੈ, ਅੱਗੇ ਗੱਲ ਕਰਦੇ ਆਪਾਂ 2 ਨੰਬਰ ਬੈਠ ਦੀ। ਦੂਜਾ ਸੂਆ ਦਿਨ ਕਹਿ ਲੈਂਦੀ ਹੈ? 11-12 ਦਿਨ ਬਾਕੀ। ਇਹਦਾ ਰਿਕਾਰਡ ਕੀ ਆ? ਇੱਕੋ ਸੀਮਨ ਲੱਗੇ ਹੋਏ ਨਾ? ਠੀਕ ਹੈ, ਇਹਦੇ ਵੀ 11-12 ਦਿਨ ਬਾਕੀ। ਇਹ ਇੱਕੋ ਫਾਰਮ ਜੁਆਈਆਂ ਮੈਂ ਜੋੜਾ। ਇਹਦਾ ਕੀ ਪੀਕ ਦੱਸਿਆ ਪਿਛਲੀ ਵਾਰ ਦਾ? ਠੀਕ ਹੈ, ਠੀਕ ਹੈ, ਤੇ ਟਾਈਮ ਸੇਮ ਹੀ ਬਾਕੀ ਹੈ ਨਾ? ਤੇ ਧੋਰੀ ਬਾਹਰ ਰਹੇ ਸਬਰ? ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਬੈਠ ਦੀ, ਪੂਰੀ ਚੰਗੀ ਸਾਫ਼ ਸੁਥਰੀ। ਦੂਜਾ ਸੂਆ ਤੇ ਜਵਾਨ ਹੈ ਦੰਦੋ? ਦੰਦੋ ਜਵਾਨ ਆ ਜੇ ਇਹਨੂੰ। ਠੀਕ ਹੈ, ਸੋ ਬਾਕੀ ਇਹਦਾ ਹਵਾਨੇ ਦੇ ਨਾੜਾ ਵਗੈਰਾ ਦੇਖੋ। ਠੀਕ ਹੈ, ਸੋ ਬੈਡ ਪੂਰੀ ਸਾਫ਼ ਸੁਥਰੀ ਓਕੇ, ਕਿਸੇ ਪਾਸਿਓ ਹੱਥ ਧਰਾਣੀ ਹੈਗੀ। ਠੀਕ ਹੈ, ਕਹਿੰਦਾ ਭਾਵੇਂ ਕਿ 40 ਤੋਂ ਪਲੱਸ ਵਾਲੀ ਬੈਡ ਹੈਗੀ ਹੈ। ਠੀਕ ਹੈ, ਸੀਮਨ ਵੀ ਚੰਗਾ ਲੱਗਿਆ ਵੀ ਹਨਾ। ਠੀਕ ਹੈ, ਸੋ 76 ਨੰਬਰ ਦਾ ਇਹਦੇ ਫਾਰਮ ਦਾ ਟੈਗ ਪਿਆ ਵਾ ਸੀਰੀਅਲ ਵਾਈਜ਼ ਵਾਲਾ। ਤੇ ਦੂਜਾ ਸੂਆ ਸੁਣਦੀ ਹੈ, ਇੱਕ ਪਾਸੇ ਨਹੀਂ ਮਿਲਕ ਵੇਨ, ਦੋਨੇ ਪਾਸੇ ਚੰਗੀ ਦੋਨੇ ਪਾਸੇ ਚੰਗੀ ਦਿਖਾਈ ਦਿੰਦੀ ਆ। ਸਾਈਜ਼ ਤੇ ਬਿਊਟੀ ਦੀ ਗੱਲ ਕਰੀਏ, ਠੀਕ ਹੈ, ਪਤਲੀ ਚਮੜੀ ਜਾ ਗਈ ਬਿਲਕੁਲ ਹਨਾ। ਠੀਕ ਹੈ, ਲੈ ਚਲੋ ਬਣ ਦੋ। ਅੱਗੇ ਆਪਾਂ ਤੀਜੇ ਨੰਬਰ ਜਿਹੜੀ ਵੈਟ ਦੇਖੀ ਜਾਂਦੇ ਹਾਂ, ਇਹ ਕਿਹੜਾ ਸੂਆ ਸੁਣਦੀ ਹੈ ਜੀ?
ਠੀਕ ਹੈ ਇਹਦਾ ਬਾਇਓਡਾਟਾ ਠੀਕ ਹੈ ਰਿਕਾਰਡ ਦੱਸਿਆ ਗਿਆ ਆਪਾਂ ਠੀਕ ਹੈ ਤੇ ਸੀਮਨ ਵਗੈਰਾ ਬਾਇਓਡਾਟਾ ਆਪਣੇ ਕੋਲ ਹੈਗਾ ਹਨਾ ਤਿੰਨੇ ਜਵਾਨੀ ਦੇ ਵਿੱਚ ਬਲੱਡ ਦੇ ਵਿੱਚ ਆ ਬਹਿਣਾ ਸੋ ਫੇਸ ਬਿਊਟੀ ਵਗੈਰਾ ਦੇਖੋ ਸ਼ਾਈਨਿੰਗ ਵਗੈਰਾ ਬਹੁਤ ਜ਼ਿਆਦਾ ਆ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਹੱਥ ਧਰਾ ਨਹੀਂ ਗੀ ਫਾੜੀ ਵਾਲਾ ਲੇਵਾ ਜਮਾ ਇਹਦਾ ਸੋ ਲੇਵਾ ਦੇਖੋ ਇਹਦਾ ਫਾੜੀ ਵਾਲਾ ਬਿਲਕੁਲ ਪੂਰੀ ਜਾਂਦੇ ਆ ਨਵਾਂ ਹਾਣ ਅਤੇ ਮਿਲਕ ਕਪੈਸਿਟੀ 30 ਲੀਟਰ ਦੀ ਪਹਿਲੇ ਸੂਏ ਰਹੀ ਹੈ ਇਸ ਵਾਰ ਇਸ ਤੋਂ 35 ਦੀ ਆਪਾਂ ਨੂੰ ਉਮੀਦ ਹੈ ਇਸ ਤੋਂ ਅਤੇ ਪਤਲੀ ਚਮੜੀ ਦੇ ਵਿੱਚ ਠੀਕ ਹੈ ਸੀਮਨ ਵਗੈਰਾ ਬਾਇਓਡਾਟਾ ਵੀਰ ਨੇ ਸਾਰਾ ਕਨਫਰਮ ਕਰਤਾ ਜੋ ਲੱਗਿਆ ਬਾਕੀ ਠੀਕ ਹੈ ਫਾਰਮ ਦੀ ਵੀਡੀਓ ਤੁਹਾਨੂੰ ਬਕਾਇਦਾ ਮਿਲੂਗੀ ਜਿੱਥੋਂ ਇਹ ਪਹਿਲੇ ਥਾਂ ਤੋਂ ਸਟਾਰਟ ਹੋ ਗਈ ਵੀਰ ਕੋਲ ਪਹੁੰਚੀ ਹੈ ਇੱਥੇ ਵਪਾਰ ਦੇ ਕੰਮ ਦੇਖੋ ਲੇਵਾ ਵਗੈਰਾ ਫਾੜੀ ਵਾਲਾ ਅਤੇ ਠੀਕ ਹੈ ਅਤੇ ਬੈਠਾ ਫਿਰ ਆਪਣੇ ਕੋਲ ਐਚ ਐਫ ਹੀ ਆਉਂਦੇ ਜਦੋਂ ਆਉਂਦੇ ਆ ਨਾ ਜਰਸੀ ਨਾ ਹੋਰ ਕੁਛ ਨਹੀਂ ਲੈਂਦੇ ਠੀਕ ਹੈ ਤੇ ਨੰਬਰ ਬੋਲ ਜੇ ਆਪਣਾ ਸੋ ਪਿੰਡ ਕੇਸਰ ਸਿੰਘ ਵਾਲਾ ਜ਼ਿਲ੍ਹਾ ਬਠਿੰਡੇ ਦਾ ਪਿੰਡ ਪੈ ਗਿਆ ਭਗਤੇ ਦੇ ਨਜ਼ਦੀਕ ਇਹ ਪਿੰਡ ਆ ਗਿਆ ਕੋਈ ਵੀ ਬੈੱਡ ਤੁਹਾਡੇ ਪਸੰਦ ਆ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ